ਮਾਸਟਰ ਕੈਟਰਰ ਯੂਨੀਅਨ ਚੈਨਲ ਦੇਖ ਰਹੇ ਸਾਰੇ ਹੀ ਦੋਸਤਾਂ ਦਾ ਚੈਨਲ ਤੇ ਸਵਾਗਤ ਹੈ ਐਂਟੀਟੀ 8393 ਭਰਤੀ ਦੇ ਸਬੰਧ ਦੇ ਵਿੱਚ ਜਾਂ ਐਂਟੀਟੀ ਦੀ ਨਵੀਂ ਭਰਤੀ ਦੇ ਸਬੰਧ ਦੇ ਵਿੱਚ ਅੱਜ ਆਪਣੀ ਇੱਕ ਮੀਟਿੰਗ ਹੈ ਜਿਹੜੀ ਉਹ ਐਂਟੀਟੀ ਫਰੈਸ਼ਰ ਯੂਨੀਅਨ ਦੀ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਜੀ ਦੇ ਨਾਲ ਹੋਣ ਜਾ ਰਹੀ ਹੈ ਜ ਜਿਹਦੇ ਵਿੱਚ ਕਿ ਪੋਸਟਾਂ ਜਲਦੀ ਤੋਂ ਜਲਦੀ ਨੋਟੀਫਿਕੇਸ਼ਨ ਨੋਟੀਫਿਕੇਸ਼ਨ ਕਢਾਉਣ ਲਈ ਤੇ ਇਸ਼ਤਿਹਾਰ ਦੀ ਜਿਹੜੀ ਪੋਸਟਾਂ ਦੀ ਗਿਣਤੀ ਹੈ ਉਹ ਵਧਾਉਣ ਲਈ ਜਿਹੜੀ ਸਾਰੀ ਗੱਲਬਾਤ ਉੱਥੇ ਸਿੱਖਿਆ ਮੰਤਰੀ ਜੀ ਨਾਲ ਅਮੋ ਸਾਹਮਣੇ ਬੈਠ ਕੇ ਹੋਊਗੀ ਤਾਂ ਉਸ ਮੀਟਿੰਗ ਬਾਰੇ ਤੁਹਾਨੂੰ ਇਸ ਵੀਡੀਓ 'ਚ ਡਿਟੇਲ 'ਚ ਗੱਲਬਾਤ ਦੱਸਦੇ ਆ ਤੁਸੀਂ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਲਾਸਟ ਤੱਕ ਧਿਆਨ ਨਾਲ ਸੁਣਿਓ ਤੇ ਜਿਹੜੇ ਸਾਥੀ ਐਂਟੀਟੀ ਦੀ ਤਿਆਰੀ ਕਰ ਰਹੇ ਨੇ ਉਹ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦੇਣ ਤਾਂ ਕਿ ਉਹਨਾਂ ਤੱਕ ਐਂਟੀਟੀ ਦੀ ਹਰ ਇੱਕ ਅਪਡੇਟ ਜਿਹੜੀ ਉਹ ਪਹੁੰਚਦੀ ਰਹੇ ਤੇ ਨਾਲ ਹੀ ਆਪਣਾ ਇੱਕ ਟੈਲੀਗ੍ਰam ਗਰੁੱਪ ਦਾ ਲਿੰਕ ਕਮੈਂਟ ਬਾਕਸ ਦੇ ਵਿੱਚ ਤੁਹਾਨੂੰ ਮਿਲ ਜੂ ਤੋ ਉਸ ਲਿੰਕ ਨੂੰ ਵੀ ਜੁਆਇਨ ਕਰ ਲਿਓ ਗੱਲਬਾਤ ਕਰਦੇ ਆਂ ਅੱਜ ਦੀ ਮੀਟਿੰਗ ਦੀ ਤਾਂ ਅੱਜ ਆਪਣੀ ਐਂਟੀਟੀ ਫਰੈਸ਼ਰ ਯੂਨੀਅਨ ਪੰਜਾਬ ਦੇ ਪ੍ਰਧਾਨ ਭਾਈ ਗੁਰਪ੍ਰੀਤ ਸਿੰਘ ਹੋਣੀ ਜਿਹ ਉੱਥੇ ਦੋ ਮੁੱਦੇ ਸਭ ਤੋਂ ਮੇਨ ਹੋਣਗੇ ਇੱਕ ਤਾਂ ਨੋਟੀਫਿਕੇਸ਼ਨ ਜਲਦੀ ਤੋਂ ਜਲਦੀ ਦਿੱਤਾ ਜਾਵੇ ਜੋ 2020 ਜਾਂ 21 ਦੇ ਵਿੱਚ ਆਇਆ ਸੀ 8393 ਦਾ ਤੇ ਪੋਸਟਾਂ ਦੇ ਵਿੱਚ ਵਾਧਾ ਵੈਸੇ ਤਾਂ ਲਗਭਗ ਕਲੀਅਰ ਹੈ ਇਹ ਗੱਲ ਆ ਰਹੀ ਹੈ ਕਿ ਪੋਸਟਾਂ ਵਧ ਕੇ ਆਉਣਗੀਆਂ ਪਰ ਯੂਨੀਅਨ ਵੱਲੋਂ ਵੀ ਇਹ ਉੱਥੇ ਕੀਤੀ ਜਾਊਗੀ ਮੰਗ ਕਿ ਪੋਸਟਾਂ ਦੀ ਗਿਣਤੀ ਵਿੱਚ ਵਾਧਾ ਕੀਤਾ ਜਾਵੇ ਕਿਉਂਕਿ ਇੱਥੇ 50% ਪੋਸਟਾਂ ਡਿਵਾਈਡ ਹੋਣਗੀਆਂ 50% ਪੋਸਟਾਂ ਨਵੇਂ ਨੂੰ ਮਿਲਣਗੀਆਂ ਤੇ 50 ਪੁਰਾਣੇ ਨੂੰ ਜੇਕਰ ਭਰਤੀ 10000 ਦੀ ਆਉਂਦੀ ਆ ਤਾਂ ਸਪੋਜ਼ ਕਰੋ 5000 ਜਿਹੜੇ ਉਹ ਪੋਸਟਾ ਨਵੇਂ ਬੰਦਿਆਂ ਨੂੰ ਮਿਲੂਗੀ ਜਾਨਕੀ ਫਰੈਸ਼ਰ ਨੂੰ ਤਾਂ ਬਾਕੀ ਉੱਥੇ ਸਰਟੀਫਿਕੇਟ ਬਾਰੇ ਕਿ ਕਿਹੜਾ ਵੈਲਿਡ ਮੰਨਿਆ ਜਾਊਗਾ ਕਿੰਨੇ ਸਾਲ ਦੀ ਐਨਡੀਟੀ ਵੈਲਿਡ ਮੰਨੀ ਜਾਊਗੀ ਜਾਂ ਡਾਕੂਮੈਂਟ ਵੈਰੀਫਿਕੇਸ਼ਨ ਜੋ ਵੀ ਸਾਰੇ ਮੁੱਦੇ ਹੋਣਗੇ ਉਹ ਐਨਡੀਟੀ ਨਾਲ ਸੰਬੰਧਤ ਅੱਜ ਦੀ ਮੀਟਿੰਗ ਦੇ ਵਿੱਚ ਵਿਚਾਰੇ ਜਾਣਗੇ ਜਦੋਂ ਵੀ ਕੋਈ ਮੀਟਿੰਗ ਦੀ ਅਪਡੇਟ ਆਪਣੇ ਕੋਲੇ ਵੀਡੀਓ ਆਉਂਦੀ ਹੈ ਤਾਂ ਆਪਾਂ ਵੀਡੀਓ ਪਾ ਕੇ ਤੁਹਾreturnData ਸਾਰੀ ਜਾਣਕਾਰੀ ਸਾਂਝੀ ਕਰ ਦਾਂਗੇ ਤੁਸੀਂ ਚੈਨਲ ਤੇ ਬਣੇ ਰਹੋ ਅ ਮੀਟਿੰਗ ਦੇ ਵਿੱਚ ਮੰਤਰੀ ਜੀ ਦੇ ਵੱਲੋਂ ਕੀ ਬਿਆਨ ਦਿੱਤਾ ਗਿਆ ਐਂਟੀਟੀ ਦਾ ਕਦੋਂ ਤੱਕ ਨੋਟੀਫਿਕੇਸ਼ਨ ਆ ਸਕਦਾ ਹੈ ਇਹਦੇ ਸਬੰਧ ਵਿੱਚ ਜਦੋਂ ਵੀ ਆਪਣੇ ਕੋਲ ਮੀਟਿੰਗ ਦੀ ਅੱਜ ਦੀ ਅਪਡੇਟ ਆਊਗੀ ਤਾਂ ਆਪਾਂ ਵੀਡੀਓ ਪਾ ਕੇ ਸਾਰੀ ਜਾਣਕਾਰੀ ਤੁਹਾਨੂੰ ਦੇ ਦਾਂਗੇ ਕਿ ਮੰਤਰੀ ਸਾਹਿਬ ਨੇ ਕੀ ਕਿਹਾ ਤੁਸੀਂ ਚੈਨਲ ਤੇ ਬਨੇ ਰਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਥੈਂਕ ਯੂ ਸੋ ਮਚ